ਸਤਿਕਾਰ ਸਾਰੇ ਵੀਰਾਂ ਭਰਾਵਾਂ ਦਾ ਸਾਡੇ ਚੈਨਲ 'ਤੇ ਸਵਾਗਤ ਕਰਦੇ ਹਾਂ। ਇਸ ਵਾਲੇ ਵੀਡੀਓ ਦੇ ਵਿੱਚ ਤੁਹਾਨੂੰ ਵੱਡੀ ਅਪਡੇਟ ਦੇਣਾ ਚਾਹੁੰਦੇ ਹਾਂ ਮੋਰਚੰਡ ਦੇ ਵਿੱਚ। ਜੋ ਮੋਰਚੰਡ ਦੇ ਵਿੱਚ ਵੱਡਾ ਟੂਰਨਾਮੈਂਟ ਹੋਇਆ ਸੀ ਰਾਜਸਥਾਨ ਦੇ ਵਿੱਚ, ਉੱਥੇ ਸੈਮੀਫਾਈਨਲ ਦੇ ਵਿੱਚ ਦੋ ਟੀਮਾਂ ਨਾਲ ਧੱਕਾ ਹੋਇਆ ਹੈ ਬਹੁਤ ਵੱਡਾ। ਮਾਲਵੇ ਤੋਂ ਟੀਮਾਂ ਗਈਆਂ ਸੀ ਖੇਡਣ ਰਾਜਸਥਾਨ ਦੇ ਵਿੱਚ, ਅਤੇ ਉੱਥੇ ਜੋ ਹੈ ਉਹਨਾਂ ਨੂੰ ਸੈਮੀਫਾਈਨਲ ਦੇ ਵਿੱਚ ਨਹੀਂ ਖੇਡਣ ਦਿੱਤਾ ਗਿਆ। ਬਾਕੀ ਤੁਹਾਨੂੰ ਪੋਸਟ ਪੜ੍ਹ ਕੇ ਦਿਖਾਉਣੇ ਆ ਜੋ ਲਿਖਿਆ ਹੋਇਆ ਹੈ। ਕੱਲ੍ਹ ਮੋਰਚੰਡ ਦੇ ਵਿੱਚ ਪਹਿਲਾ ਟੂਰਨਾਮੈਂਟ ਹੋਇਆ ਜਿੱਥੇ ਬਿਨਾਂ ਸੈਮੀਫਾਈਨਲ ਹੋਏ ਸਿੱਧਾ ਫਾਈਨਲ ਖੜਾਇਆ ਗਿਆ। ਰੌਲਾ ਇਹ ਹੋਇਆ ਵੀ ਸੈਮੀਫਾਈਨਲ ਵਿੱਚ ਪਿੰਡ ਦੀ ਟੀਮ ਸੀ, ਉਹਦੇ ਕਰਕੇ ਕਹਿੰਦੇ ਅਸੀਂ ਟਾਈਆਂ ਨਹੀਂ ਪਾਉਂਦੇ, ਅਤੇ ਕਾਲੋਕੇ ਦੀ ਟੀਮ ਨੂੰ ਧੱਕੇ ਮਾਰੇ ਗਏ। ਕਾਲੋਕੇ ਸੈਮੀਫਾਈਨਲ ਖੇਡੀ ਨਹੀਂ, ਦੂਜਾ ਸੈਮੀਫਾਈਨਲ ਚੱਠੇ ਵਾਲਾ ਟੀਮ ਸੀ, ਉਹ ਕਾਲੋਕੇ ਦੀ ਟੀਮ ਲਈ ਸਟੈਂਡ ਲੈ ਗਏ, ਉਹ ਵੀ ਨਹੀਂ ਖੇਡੇ। ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਕਮੇਟੀਆਂ ਨੂੰ। ਜਾਂ ਤਾਂ ਟੂਰਨਾਮੈਂਟ ਨਾ ਕਰਾਓ, ਜਾਂ ਪਹਿਲਾਂ ਪਿੰਡ ਵਾਲੇ ਤਕੜੇ ਕਰੋ ਆਪਦੇ ਖਿਡਾਰੀ। ਪਿੰਡ ਵਿੱਚ ਤਿੰਨ ਚਾਰ ਬਾਹਰ ਦੇ ਸੀ, ਪੋਸਟਰ 'ਤੇ ਇੱਕ ਲਿਖਿਆ ਸੀ ਰਾਜਸਥਾਨ ਦੀਆਂ ਸਾਰੀਆਂ ਟੀਮਾਂ ਨਹੀਂ ਖੇਡੀਆਂ, ਜੋ ਧੱਕਾ ਹੁੰਦਾ ਦੇਖਿਆ। ਤਾਂ ਇਹ ਬਹੁਤ ਵੱਡੀ ਅਪਡੇਟ, ਮੋਰਚੰਡ ਵਾਲਿਆਂ ਨੇ ਆਪਦੀ ਟੀਮ ਹੀ ਜੋ ਹੈ ਖਿਡਾਉਣ ਦੇ ਲਈ, ਫਾਈਨਲ ਖਿਡਾਉਣ ਦੇ ਲਈ ਦੂਜੀਆਂ ਟੀਮਾਂ ਹਰਾਈਆਂ। ਇਹ ਬਹੁਤ ਧੱਕਾ ਕੀਤਾ ਗਿਆ ਇਹਨਾਂ ਵੀਰਾਂ ਨੂੰ। ਬੇਨਤੀ ਹੈ ਕਿ ਇੱਦਾਂ ਨਾ ਕਰਿਆ ਕਰੋ, ਜੇਕਰ ਤੁਸੀਂ ਇੱਦਾਂ ਕਰੋਗੇ ਤਾਂ ਪਲੇਅਰ ਇੰਨੀ ਵੱਟ ਤੋਂ ਪਹਿਲਾਂ ਚੱਲ ਕੇ ਜਾਂਦੇ ਆ। ਕਾਲੋਕੀ ਦੀ ਟੀਮ ਕਿੱਥੋਂ ਮਾਲਵੇ ਤੋਂ ਗਈ ਅਤੇ ਇੰਨਾ ਧੱਕਾ ਕੀਤਾ ਗਿਆ। ਬਾਕੀ ਇਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ। ਲਾਈਕ ਕਰਨਾ, ਵੀਡੀਓ ਨੂੰ ਕਰੋ ਨਾ ਕਰੋ, ਇਹ ਸਿਰਫ ਇਨਸਾਫ਼ ਦੇ ਲਈ ਉਹਨਾਂ ਵੀਰਾਂ ਨੂੰ ਦੱਸਣਾ ਸੀਗਾ ਕਿ ਇੱਦਾਂ ਕਈ ਕਮੇਟੀਆਂ ਕਰਦੀਆਂ ਹਨ। ਬਾਕੀ ਤੁਸੀਂ ਹੌਸਲਾ ਨਾ ਹਾਰਿਓ। ਬਾਕੀ ਇਹੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ। ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਅਸੀਂ। ਧੰਨਵਾਦ।